ਕੀਆਂ ਜਿਸ 'ਚ ਚੜ੍ਹਦੇ ਨੇ ਉੱਪਰ ਪਰ ਪੁਲਿਸ ਵੱਲੋਂ ਰੋਕ ਲਿਆ ਜਾਂਦਾ ਹੈ। ਪੁਲਿਸ ਵੱਲੋਂ ਮਨਾ ਕਰ ਦਿੱਤਾ ਜਾਂਦਾ ਹੈ ਅੱਗੇ ਜਾਣ ਨੂੰ। ਉੱਪਰਦਾਨ ਦਾ ਅਹੁਦਾ ਜਿਹੜਾ ਹੈ ਉਹ ਕੋਈ ਛੋਟਾ ਅਹੁਦਾ ਨਹੀਂ ਹੁੰਦਾ। ਯੂਥ ਵਿੰਗ ਦੇ ਪੰਜਾਬ ਉੱਪਰਦਾਨ ਮਹਿੰਦਰ ਸਿੰਘ ਕਚੂਰਾ, ਇਹਨਾਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ। ਫੋਟੋਆਂ ਆਪਣੇ ਆਪ, ਤਸਵੀਰਾਂ ਆਪਣੇ ਆਪ, ਵੀਡੀਓ ਆਪਣੇ ਆਪ ਸਭ ਦੱਸ ਰਹੀ ਹੈ। ਦੇਖੋ ਤੁਸੀਂ ਕਿ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਵੱਲੋਂ ਥੱਲੇ ਨੂੰ ਧੱਕਾ ਦਿੱਤਾ ਜਾ ਰਿਹਾ ਹੈ। ਭਾਵੇਂ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਹੋਵੇ, ਪਰ ਦੱਸਿਆ ਜਾ ਰਿਹਾ ਹੈ ਕਿ ਨਾ ਜਿਹੜਾ ਹੈ ਸੂਚੀ 'ਚ ਸ਼ਾਮਲ ਨਹੀਂ ਸੀ, ਨਾ ਸੂਚੀ 'ਚ ਸ਼ਾਮਲ ਨਹੀਂ ਸੀ। ਸੋ ਗੱਲਬਾਤ ਵੀ ਕੀਤੀ ਸਾਡੇ ਪੱਤਰਕਾਰ ਨੇ ਕਚੂਰਾ ਦੇ ਨਾਲ, ਉਹ ਆਪਣਾ ਦੁੱਖ ਦਰਦ ਸਾਂਝਾ ਕਰਦੇ ਨਜ਼ਰ ਆਏ। ਅੱਜ ਬਰਨਾਲਾ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਜਲਾਲਾਬਾਦ ਤੋਂ ਮਹਿੰਦਰ ਸਿੰਘ ਕਚੂਰਾ, ਜਿਹੜੇ ਕਿ ਯੂਥ ਵਿੰਗ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਵੀ ਹਨ, ਉਹਨਾਂ ਦੇ ਨਾਲ ਜੋ ਉੱਥੇ ਸਲੂਕ ਹੋਇਆ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ਼ ਤੌਰ 'ਤੇ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਕਚੂਰਾ ਸਾਹਿਬ ਨੇ ਉਹਨਾਂ ਨੂੰ ਸਟੇਜ 'ਤੇ ਚੜ੍ਹਨ ਤੋਂ ਮਨ੍ਹਾ ਕੀਤਾ ਗਿਆ ਅਤੇ ਸਿਕਿਉਰਿਟੀ ਵਾਲਿਆਂ ਨੇ ਉਹਨਾਂ ਨਾਲ ਕੁਝ ਧੱਕਾ ਮੁੱਕੀ ਤਿੱਕਣ ਵੀ ਜਿਹੜਾ ਕੀਤਾ। ਸਾਡੇ ਨਾਲ ਮੌਜੂਦ ਨੇ ਇਸ ਟਾਈਮ ਮਹਿੰਦਰ ਕਚੂਰਾ ਜੀ, ਉਹਨਾਂ ਨਾਲ ਗੱਲ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਹ ਮਾਮਲਾ ਪੂਰਾ ਕੀ ਸੀ। ਜੀ ਮਹਿੰਦਰ ਜੀ, ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਨਿਊਜ਼ 'ਚ। ਮਹਿੰਦਰ ਜੀ, ਕੀ ਪੂਰਾ ਮਾਮਲਾ ਕੀ ਸੀਗਾ? ਨਹੀਂ ਜੀ, ਇੱਦਾਂ ਦਾ ਕੋਈ ਮਾਮਲਾ ਨਹੀਂ ਗਾ ਜੀ। ਮੈਂ ਪੂਰਾ ਸਟੇਜ 'ਤੇ ਜਾ ਰਿਹਾ ਸੀ, ਮੇਰੇ ਨਾਲ ਜੋ ਮੇਰੀ ਪਾਰਟੀ ਨੇ ਡਿਊਟੀ ਲਾਈ ਸੀ, ਮੈਂ 20-25 ਗੱਡੀਆਂ ਲੈ ਕੇ ਗਿਆ ਸੀ ਉੱਥੇ ਪਾਰਟੀ ਦੀਆਂ ਰੈਲੀ ਦੇ ਵਿੱਚ। ਉਦੋਂ ਬਾਅਦ ਮੈਂ ਸਟੇਜ 'ਤੇ ਗਿਆ ਅਤੇ ਜਦੋਂ ਉੱਪਰ ਚੜ੍ਹਨ ਲੱਗਿਆ ਮੈਨੂੰ ਸਿਕਿਉਰਿਟੀ ਵਾਲਿਆਂ ਨੇ ਰੋਕ ਲਿਆ, ਕਹਿੰਦੇ ਵੀ ਤੁਹਾਡੀ ਲਿਸਟ ਦੇ ਵਿੱਚ ਨਾਮ ਨਹੀਂ ਹੈਗਾ। ਅਤੇ ਮੈਂ 1-2 ਗੱਲਾਂ ਉਹਨਾਂ ਦੇ ਨਾਲ ਕੀਤੀਆਂ, ਫਿਰ ਉਦੋਂ ਬਾਅਦ ਮੈਂ ਸਟੇਜ ਤੋਂ ਥੱਲੇ ਆ ਗਿਆ। ਬਸ ਆਹੀ ਗੱਲਬਾਤ ਹੋਈ। ਹੋਰ ਕੋਈ ਗੱਲ ਕੀ ਇਹ ਮੰਨਿਆ ਜਾ ਸਕਦਾ ਕਿ ਕੋਈ ਸਾਜਿਸ਼ ਸੀ, ਕਿ ਸਾਜਿਸ਼ ਦੇ ਤਹਿਤ ਤੁਹਾਡਾ ਜਿਹੜਾ ਨਾਮ ਲਿਸਟ ਦੇ ਵਿੱਚੋਂ ਕੱਢਿਆ ਗਿਆ? ਨਹੀਂ ਜੀ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਮੈਂ ਸਾਜਿਸ਼ ਤਾਂ ਨਹੀਂ ਕਹਿ ਸਕਦਾ ਜੀ, ਮੈਂ ਤਾਂ ਇੱਕ ਪਾਰਟੀ ਦਾ ਛੋਟਾ ਜਿਹਾ ਨਿਮਾਣਾ ਜਿਹਾ ਵਰਕਰ ਹਾਂ। ਸ਼ਾਇਦ ਪਾਰਟੀ ਨੂੰ ਲੱਗਿਆ ਹੋਵੇ ਵੀ ਸਟੇਜ 'ਤੇ ਨਹੀਂ ਲੋੜ, ਅਤੇ ਮੈਂ ਜਿਹੜੀ ਮੇਰੀ ਡਿਊਟੀ ਸੀ ਮੈਂ ਆਪਣੀ ਪੂਰੀ ਕੀਤੀ ਹੈ, ਮੈਂ ਪਾਰਟੀ ਦੇ ਨਾਲ ਹਾਂ ਜੀ। ਮਹਿੰਦਰ ਜੀ, ਅਸੀਂ ਤੁਹਾਡੇ ਨਾਲ ਇੱਕ ਗੱਲ ਜਾਣਨਾ ਚਾਹਾਂਗੇ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਕਿਹਾ ਜਾਂਦਾ ਕਿ ਆਮ ਬੰਦੇ ਦੀ ਪਾਰਟੀ ਹੈ, ਔਰ ਇੱਕ ਆਮ ਬੰਦੇ ਦੀ ਪਾਰਟੀ ਦੇ ਵਿੱਚ ਉਸਦੇ ਇੱਕ ਵਰਕਰ ਔਰ ਜਿਨ੍ਹਾਂ ਨੂੰ ਕਿ ਐਡੀ ਵੱਡੀ ਇੱਕ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਦੇ ਨਾਲ ਇਹੋ ਜਿਹਾ ਵਤੀਰਾ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜੇ ਸਵਾਲ ਉੱਠਣੇ ਜਿਹੜੇ ਲਾਜ਼ਮੀ ਹਨ। ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਲੋਕਾਂ ਵੱਲੋਂ ਬਹੁਤ ਟਿੱਪਣੀਆਂ ਕੀਤੀਆਂ ਜਾ ਰਹੀਆਂ, ਤੁਸੀਂ ਕੀ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਹੁਣ ਖਾਸ ਲੋਕਾਂ ਦੀ ਪਾਰਟੀ ਬਣ ਗਈ? ਦੇਖੋ ਜੀ, ਇਹ ਗੱਲ ਤਾਂ ਨਹੀਂ ਕਹਿ ਸਕਦੇ ਜੀ ਖਾਸ ਲੋਕਾਂ ਦੀ ਪਾਰਟੀ ਹੈ, ਪਰ ਜੋ ਵੀ ਘਟਨਾ ਵਾਪਰੀ ਹੈ ਮੈਨੂੰ ਵੀ ਦੁੱਖ ਹੋਇਆ, ਪਰ ਜੋ ਪਾਰਟੀ ਨੇ ਕੀਤਾ ਉਹਦੇ ਵਿਰੁੱਧ ਤਾਂ ਮੈਂ ਜਾ ਨਹੀਂ ਸਕਦਾ ਜੀ। ਮੈਨੂੰ ਵੀ ਬਹੁਤ ਮੇਰੇ ਵਰਕਰਾਂ ਦੇ, ਮੇਰੇ ਜਿਹੜੇ ਮੇਰੇ ਨਾਲ ਕੰਮ ਕਰਦੇ ਮੇਰੇ ਕੁਲੀਗ ਆ, ਉਹਨਾਂ ਦੇ ਫੋਨ ਆਏ ਵੀ ਬੜੀ ਮਨਭਾਗੀ ਘਟਨਾ, ਤੁਹਾਨੂੰ ਦੱਸੋ ਕੀ ਕਰਨਾ। ਮੈਂ ਕਿਹਾ ਜੀ ਫਿਰ ਇੱਦਾਂ ਦਾ ਕੁਛ ਵੀ ਨਹੀਂ ਹੈ, ਆਪਾਂ ਪਾਰਟੀ ਦੇ ਨਾਲ ਹਾਂ ਜੀ, ਜੋ ਵੀ ਹੋਇਆ ਮੈਨੂੰ ਦੁੱਖ ਲੱਗਿਆ, ਪਰ ਜੋ ਪਾਰਟੀ ਜੋ ਵੀ ਕਰੇਗੀ ਮੈਂ ਪਾਰਟੀ ਦੇ ਨਾਲ ਹਾਂ।